ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਇੱਕ ਬਹੁਤ ਹੀ ਘੈਂਟ ਹੈ ਸਾਦੇ ਆਪਾਂ ਇਹਦੇ ਵਿੱਚ ਮੈਂ ਕਪੜਾ ਵੀ ਦੱਸਿਆ ਜਿਹੜਾਗਾ ਵਰਕ ਵੀ ਦੱਸਿਆ ਵੀ ਕਿਹੜਾ ਹੋਇਆ ਵਾ ਹੈਂਡ ਵਰਕ ਹੈ ਜਾਂ ਮਸ਼ੀਨੀ ਵਰਕ ਹੈ ਜਾਂ ਆਲੀ ਵਰਕ ਹੈ ਨਾ ਜੋ ਵੀ ਆ ਬਾਕੀ ਕਾਟਨ ਦੇ ਛੂਟ ਵੀ ਮੈਂ ਦਿਖਾਇਆ ਪੰਜ ਚਾਰ ਪੀਸ ਤੇ ਤੁਹਾਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੈਂ ਨੰਬਰ ਆਪਣਾ ਨਾਲ ਲਾ ਦੂੰਗੀ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੇ ਛੂਟ ਚਾਹੀਦੇ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਉਦਾਂ ਦੇ ਛੂਟ ਤਿਆਰ ਕਰਕੇ ਪੇਜ ਵੀ ਸਕਦੇ ਆ ਤੇ ਬਾਕੀ ਤੁਸੀਂ ਦੇਖੋ ਭੈਣੋ ਵੀਡੀਓ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੀਆਂ ਭੈਣਾਂ ਮਾਵਾ ਧੀਆ ਜਿੰਨਾ ਵੀ ਹਨ ਤੁਸੀਂ ਭੇਜ ਸਕਦੇ ਹੋ ਉਹਨਾਂ ਨੂੰ ਭੇਜੋ ਜੇ ਤੁਹਾਨੂੰ ਮੇਰੇ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਤਾਂ ਬਾਕੀ ਇੱਕ ਤਿੰਨ ਚਾਰ ਮੇਰੇ ਕੋਲ ਕੁਐਸਚਨ ਸੀ ਉਹਨਾਂ ਦੀ ਵੀ ਵੀਡੀਓ ਸੋਚ ਤਾਂ ਰੱਖੀ ਹੈ ਯਾਰ ਮੇਰੇ ਕੋਲ ਨਾ ਟਾਈਮ ਨਹੀਂ ਮਿਲਿਆ ਬਸ ਅੱਜ ਦਾ ਦਿਨ ਮੈਨੂੰ ਦੇ ਦਿਓ ਕੱਲ ਨੂੰ ਮੈਂ ਉਹ ਵੀਡੀਓ ਪਾਉਂਗੀ ਹੋ ਸਕਿਆ ਤਾਂ ਮੈਂ ਅੱਜ ਬਣਾ ਲੂੰਗੀ ਸ਼ਾਮ ਤੱਕ ਨਹੀਂ ਕੱਲ ਬਣਾ ਲੂੰਗੀ ਮੈਂ ਥੋੜਾ ਨਾ ਬਿਜੀ ਚੱਲ ਰਹੀ ਸੀਗੀ ਬਾਕੀ ਮੈਂ ਬਣਾਉਂਗੀ ਵੀਡੀਓ ਇੱਕ ਤਾਂ ਪ੍ਰਿੰਸ ਕੱਟ ਦਾ ਆਇਆ ਸੀ ਸਵਾਲ ਬਾਕੀ ਮੈਨੂੰ ਤੁਸੀਂ ਮੈਸੇਜ ਕਰੋ ਵੀ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਹਨਾ ਮੈਸੇ ਪ੍ਰਿੰਸ ਕੱਟ ਦੇ ਮੈਨੂੰ ਤਿੰਨ ਚਾਰੀ ਕਮੈਂਟ ਆਏ ਸੀਗੇ ਬਾਕੀ ਹੋਰ ਆ ਰਹੇ ਸੀਗੇ ਮੈਨੂੰ ਤਾਂ ਅਮਰੇਲਾ ਦੇ ਬਾਕੀ ਭੈਣਾ ਤੁਸੀਂ ਮੈਨੂੰ ਕਮੈਂਟ ਕਰਦਿਆ ਕਰੋ ਮੈਂ ਤੁਹਾਨੂੰ ਕਿਸ ਚੀਜ਼ ਤੇ ਵੀਡੀਓ ਚਾਹੀਦੀ ਹੈ ਮੈਂ ਉਸ ਚੀਜ਼ ਤੇ ਵੀਡੀਓ ਬਣਾ ਦਿਆ ਕਰੂੰਗੀ ਜੇ ਤੁਹਾਨੂੰ ਮੇਰੀ ਸਮਝ ਨਹੀਂ ਆਉਂਦੀ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਹਨਾ ਬਾਕੀ ਮੈਨੂੰ ਭੈਣਾ ਦੱਸ ਦਿਆ ਨੇ ਵੀ ਥੋੜੀ ਸਮਝ ਸਾਨੂੰ ਆਉਂਦੀ ਹੈ ਪਰ ਕਈਆਂ ਨੂੰ ਨਹੀਂ ਆਉਂਦੀ ਕਈ ਮੈਨੂੰ ਕਹਿ ਰਿਹਾ ਤੁਹਾਡੀ ਮਸ਼ੀਨ ਪੁੱਠੀ ਤੁਸੀਂ ਪੁੱਠੇ ਦੇਖ ਰਹੇ ਹੋ ਯਾਰ ਉਹ ਪਤਾ ਕੀ ਹੋਇਆ ਸੀਗਾ ਮੇਰਾ ਨਾ ਫੋਨ ਮੈਂ ਫਰੰਟ ਕੈਮਰੇ ਨਾਲ ਵੀਡੀਓ ਬਣਾ ਰਹੀ ਸੀ ਮੇਰਾ ਫੋਨ ਥੋੜਾ ਜਿਹਾ ਵਿਚਾਰਾ ਠੀਕ ਠਾਕ ਜਾਈਆ ਤੇ ਉਹ ਫਰੰਟ ਕੈਮਰੇ ਨਾਲ ਵੀਡੀਓ ਬਣਾਈ ਸੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਿਆ ਮੈਨੂੰ ਮੇਰੇ ਹਸਬੰਦ ਨੇ ਦੱਸਿਆ ਵੀ ਫਰੰਟ ਕੈਮਰੇ ਨਾਲ ਵੀਡੀਓ ਬਣਾਈ ਸੀ ਤਾਂ ਕਰਕੇ ਪੁੱਠੀ ਆ ਰਹੀ ਹੈ ਮਸ਼ੀਨ ਕੋਈ ਗੱਲ ਨਹੀਂ ਜਿਹੜੀ ਗਲਤੀ ਹੋ ਜਾਂਦੀ ਆ ਸੌਰੀ ਬਾਕੀ ਥੈਂਕ ਯੂ ਧੰਨਵਾਦ ਸਾਰੀਆਂ ਭੈਣਾਂ ਦਾ ਤੇ ਦੇਖੋ ਜੀ ਆਪਣੀ ਵੀਡੀਓ ਹਾਂ ਜੀ ਆ ਹੈਗਾ ਆਪਣੇ ਕੋਲ ਕੱਪੜਾ ਕ੍ਰਸ਼ ਕਾਟਨ ਦਾ ਇਦੇ ਉੱਪਰ ਆਰੀ ਦਾ ਵਰਕ ਹੋਇਆ ਵਾ ਆਪਣਾ ਦੇਖੋ ਧਿਆਨ ਨਾਲ ਕਿੰਨਾ ਫਿਨਿਸ਼ਿੰਗ ਨਾਲ ਵਰਕ ਹੋਇਆ ਵਗਾ ਆ ਤਿੰਨ ਫੁੱਲ ਘੇਰੇ ਤੇ ਪਏ ਹੋਏ ਨੇ ਆਵਲ ਆਪਣਾ ਗਲਾ ਆ ਗਿਆ ਜਿਹੜਾ ਕਲਰ ਇਹਦੇ ਵਿੱਚ ਲਾਇਆ ਹੋਇਆ ਹੈ ਨਾ ਆਪਣਾ ਇਹ ਗ੍ਰੀਨ ਵੀ ਨਹੀਂ ਕਹਿ ਸਕਦੇ ਆਪਾਂ ਨੂੰ ਗ੍ਰੀਨ ਹੀ ਸਮਝੋ ਇਹਦੇ ਨਾਲ ਹੈਗਾ ਆਪਣਾ ਚਨੂਨ ਦਾ ਦੁਪੱਟਾ ਪਿਆਰ ਚਨੂਨ ਦੇਖੋ ਸ਼ਾਈਨਿੰਗ ਦੇਖੋ ਕੱਪੜੇ ਦੇ ਉੱਪਰ ਕਿੰਨੀ ਆ ਇਦਾਂ ਹੀ ਆਪਣਾ ਕੱਪੜਾ ਗਾ ਕੱਪੜਾ ਹੈਗਾ ਆਪਣੇ ਕੋਲੇ ਇਹ क्रਸ਼ ਕਾਟਨ ਇਹਦਾ ਕਲਰ ਬਰਾਊਨ ਕਹਿ ਸਕਦੇ ਆਪਾਂ ਇਹਨੂੰ ਇਹਦੇ ਉੱਪਰ ਬਹੁਤ ਹੀ ਕੈਂਟ ਮਸ਼ੀਨੀ ਵਰਕ ਹੋਇਆ ਹੋਇਆ ਵਗਾ ਘੇਰੇ ਦੇ ਉੱਪਰ ਵਰਕ ਹੈ ਤੇ ਬਾਜੂ ਤੇ ਉੱਪਰ ਵੀ ਤਿੰਨ ਤਿੰਨ ਫੁੱਲ ਪਾਏ ਹੋਏ ਨੇ ਇਹਦੇ ਨਾਲ ਪਿਓਰ ਦਾ ਦੁਪੱਟਾ ਆਪਣਾ ਇੰਦਾ ਪੱਟੇ ਦੇ ਫੋਰ ਸਾਈਡ ਲੈਸ ਲੱਗੀ ਹੋਈ ਆ ਦੇਖੋ ਗਲਾ ਕਿੰਨਾ ਘੈਂਟ ਬਣਿਆ ਹੋਇਆ ਵੀ ਸ਼ੇਪ ਗਲਾ ਬਣਿਆ ਹੋਇਆ ਬਾਕੀ ਆ ਬਟਨਾਂ ਦੀ ਥਾਂ ਤੇ ਵੀ ਆਪਾਂ ਫਲਾਵਰ ਹੀ ਪਾਏ ਨੇ ਦੇਖੋ ਤੁਸੀਂ ਫੈਬਰਿਕ ਇਹਦਾ ਹੈਗਾ ਸਿਲਕੀ ਹੈ ਸਿਲਕ ਫੈਬਰਿਕ ਹੈ ਇਹਦਾ ਪੂਰਾ ਘੈਂਟ ਬਾਕੀ ਜਿਹੜੇ ਮੇਰੇ ਕੋਲ ਇਹ ਕਲਰ ਨੇ ਨਾ ਇਹ ਤੁਸੀਂ ਆਪਣੇ ਪਸੰਦ ਦੇ ਕਲਰ ਚ ਵੀ ਕਰਵਾ ਸਕਦੇ ਹੋ ਕਪੜਾ ਮਸਲਿਨ ਸਿਲਕ ਫਰੋਜੀ ਕਲਰ ਹੈ ਇਹਦਾ ਪਤਾ ਨਹੀਂ ਵੀਡੀਓ ਚ ਕਿਦਾਂ ਆ ਰਿਹਾ ਤਿੰਨ ਇਹਦੇ ਘੇਰੇ ਦੇ ਉੱਪਰ ਫੁੱਲ ਪਏ ਹੋਏ ਨੇ ਬਾਕੀ ਸਾਰੇ ਲੈਂਥ ਜਿੰਨੀ ਵੀ ਆਪਾਂ ਰੱਖ ਸਕਦੇ ਹਾਂ 45 44 43 ਡਾਟਸ ਪਏ ਹੋਏ ਨੇ ਇਹਦੇ ਉੱਪਰ ਤੇ ਨਾਲ ਇਹਦੇ ਆਪਾਂ ਚਨੂਨ ਦਾ ਦੁਪੱਟਾ ਲਾਇਆ ਜੀ ਵੈਸੇ ਦੁਪੱਟੇ ਦਾ ਕਲਰ ਚੇਂਜ ਹੋ ਗਿਆ ਵੀਡੀਓ ਚ ਜਿੱਦਾਂ ਦਾ ਆ ਫਲਾਵਰ ਦੇ ਵਿੱਚ ਕਲਰ ਉਦਾਂ ਦਾ ਹੀ ਦੁਪੱਟਾਗਾ ਹੋਰ ਸਾਈਡ ਦੁਪट्टे ਤੇ ਆਪਾਂ ਲੈਸ ਲਾਈ ਹੋਈ ਹੈ। ਕੋਲੇ ਆਹ ਛੋਟਾ orange ਕਲਰ ਆਇਤਾ। ਫੁੱਲ ਫਰੰਟ ਤੇ ਬੈਕ ਤੇ ਆਵਲਾ ਵਰਕ ਹੋਇਆ ਵਗਾ ਸਿੱਪੀ ਦਾ। ਤੇ ਨਾਲੇ ਤੇ ਪਲੇਨ ਸਲਵਾਰ ਆ ਨਾਲ ਜਨੂਨ ਦਾ ਦੁਪੱਟਾ। ਆ ਦੇਖੋ।